ਜੀ ਆਪਾਂ ਅਯੋਧਿਆ ਤੋਂ ਫੈਜ਼ਾਬਾਦ ਵਾਸਤੇ ਨਿਕਲ ਗਏ ਹਾਂ ਅਤੇ ਭਈਆ ਯਹਾਂ ਪਰ ਆਪਣੇ ਟੈਂਪੂ ਮੇਂ ਬੈਠੇ ਯਹਾਂ ਸੇ ਕਿਤਨਾ ਟਾਈਮ ਲਗੇਗਾ ਫੈਜ਼ਾਬਾਦ ਭਾਈ ਯਹਾਂ ਸੇ ਆਪਕੋ 20 ਮਿੰਟ ਲਗੇਗਾ ਪੂਰੇ 20 ਮਿੰਟ ਲਗੇਗੇ ਹਾਂ ਪੂਰਾ 20 ਮਿੰਟ ਲਗੇਗਾ ਬਿਨਾਂ ਬ੍ਰੇਕ ਕੇ ਬਿਨਾਂ ਸਵਾਰੀ ਬਿਠਾਏ ਹਾਂ ਹਾਂ ਡਾਇਰੈਕਟ ਇੱਕਦਮ ਕੋਈ ਦਿੱਕਤ ਹੈ ਨਹੀਂ ਅੱਛਾ ਜੋ ਫੈਜ਼ਾਬਾਦ ਜਾ ਰਹੇ ਉਸਕੋ ਅਯੋਧਿਆ ਕੈਂਟ ਵੀ ਕਹਤੇ ਹੈ ਹਾਂ ਕੈਂਟ ਵੀ ਇਸਕੋ ਕਹਤੇ ਹੈ ਤੇ ਅਗਰ ਮੈਂ ਆਪਕੋ ਕਹਤਾ ਮੈਂ ਅਯੋਧਿਆ ਕੈਂਟ ਜਾਣਾ ਤੂੰ ਵੀ ਮੁਝੇ ਵਾਪ ਵਹੀਂ ਉਤਾਰ ਕੇ ਬਸ ਸਟੈਂਡ ਪੇ ਹਾਂ ਕੈਂਟ ਮੈਂ ਵਹਾਂ ਪੇ ਉਤਾਰਤੇ ਤੋ ਵਹੀ ਬਸ ਸਟੈਂਡ ਪਰ ਉਤਾਰਤੇ ਹੈ ਬਸ ਅੱਟਾ ਰੇਲਵੇ ਸਟੇਸ਼ਨ ਦੋਨੋਂ ਬਗਲ ਹੀ ਬਗਲ ਹੈ ਅੱਛਾ ਸਾਰਾ ਕੁਝ ਬਗਲ ਬਗਲ ਮੈਂ ਹੈ ਇਹ ਕੈਂਟ ਕਾ ਜ਼ਿਆਦਾ ਜ਼ਿਆਦਾ ਦੇਖੇ ਲੋਕ ਵੀਡੀਓ ਬਾਈ ਕੀ ਚਲੋ ਉਹ ਵਾਂਚ ਨਾ ਮੇਰੀ ਆਗੇ ਲਖਨਊ ਕੀ ਬਸ ਹੈ ਹਾਂ ਬਸ ਮਿਲ ਜਾਏਗਾ ਆਪਕੋ ਛੋਟੀ ਬਸ ਬੜੀ ਬਸ ਏਸੀ ਵਾਲੀ ਨਾਨ ਏਸੀ ਕਿਉਂਕਿ ਰਾਤ ਕੋ ਲਖਨਊ ਸੇ ਮੇਰੀ ਟ੍ਰੇਨ ਹੈ ਨਾ ਕਿੰਨੇ ਵਜੇ ਕਿੰਨੇ ਵਜੇ ਕੀ ਹੈ ਰਾਤ ਕੋ 3 ਵਜੇ ਕੀ ਹੈ ਹਾਂ ਤੋ ਮਿਲ ਜਾਏਗਾ ਬੜੇ ਭਾਈ ਆਰਾਮ ਸੇ ਜਾਈਏ ਕੋਈ ਦਿੱਕਤ ਨਹੀਂ ਹੈ ਚਲੋ ਠੀਕ ਹੈ ਭਈਆ ਹਾਂ ਠੀਕ ਠੀਕ ਜੋ ਜੀ ਆਪਾਂ ਬਾਈਪਾਸ 'ਤੇ ਪਹੁੰਚ ਗਏ ਬਾਈਪਾਸ 'ਤੇ ਪਹੁੰਚ ਕੇ ਹੁਣ ਆਪਾਂ ਨੇ ਲਖਨਊ ਦੀ ਬੱਸ ਲੈਣੀ ਹੈ ਲੱਗਦਾ ਇੱਕ ਆ ਗਈ ਉਹ ਨਾਲ ਗੱਲ ਕਰਕੇ ਦੇਖਦੇ ਹਾਂ ਇਹ ਮਹਿੰਗੀ ਹੋ ਸਕਦੀ ਹੈ ਚਲੋ ਦੇਖਦੇ ਹਾਂ ਲਖਨਊ ਬਾਈਪਾਸ ਤੋਂ ਆਪਾਂ ਨੇ ਲਖਨਊ ਦੀ ਬੱਸ ਪਕੜ ਲਈ ਅਤੇ ਤਕਰੀਬਨ 2-2.5 ਘੰਟੇ ਦੇ ਵਿੱਚ ਵਿੱਚ ਪਹੁੰਚ ਜੂਗੀ ਰੁਪਈਆ ਆਪਣਾ 200 ਰੁਪਏ ਲੈ ਗਿਆ ਬੰਦਾ ਅਤੇ ਤਕਰੀਬਨ ਕਹਿੰਦਾ 9 ਵਜੇ ਦੇ ਕਰੀਬ ਪਹੁੰਚੂਗੀ 6:30 ਦੇ ਕਰੀਬ ਆਪਾਂ ਬੈਠੇ 9 ਵਜੇ ਦੇ ਕਰੀਬ ਤੱਕ ਕਹਿੰਦਾ ਪਹੁੰਚੂਗਾ ਫਿਰ ਆਪਾਂ ਉੱਥੋਂ ਦੀ ਮੈਟਰੋ ਜਾਂ ਰਿਕਸ਼ਾ ਵਗੈਰਾ ਲੈ ਕੇ ਫਿਰ ਆਪਾਂ ਜਾਂਦੇ ਹਾਂ ਸਟੇਸ਼ਨ 'ਤੇ ਅਤੇ ਆਪਾਂ ਫਿਰ ਉੱਥੇ ਡੋਰਮੈਟਰੀ ਵਗੈਰਾ ਦੇਖਿਆ ਸਟੇਅ ਕਰਾਂਗੇ ਰੈਸਟ ਵਗੈਰਾ ਕਰਾਂਗੇ ਅਤੇ ਰਾਤ ਦੀ 3 ਵਜੇ ਦੀ ਆਪਣੀ ਟ੍ਰੇਨ ਹੈ ਠੀਕ ਹੈ ਜੀ ਲਓ ਜੀ ਰਸਤੇ 'ਚ ਬੱਸ ਵਾਲੇ ਨੇ ਰੋਕੀਏ ਬੱਸ ਕਹਿੰਦਾ 5-10 ਮਿੰਟ ਥੋੜ੍ਹੀ ਜਿਹੀ ਬ੍ਰੇਕ ਲੈ ਜਾਈਏ ਤੁਸੀਂ ਆਪਣੀ ਚਾਹ ਪਾਣੀ ਵਗੈਰਾ ਪੀ ਲਓ ਆਪਾਂ ਇੱਕ ਥੋੜ੍ਹਾ ਜਿਹਾ ਰੈਸਟੋਰੈਂਟ ਵਿੱਚ ਰੁਕੇ ਹਾਂ ਢਾਬੇ ਵਿੱਚ ਅਤੇ ਫਰੈਸ਼ ਵਗੈਰਾ ਹੋ ਕੇ ਕਹਿੰਦੇ ਫਿਰ ਆਪਾਂ ਚੱਲਦੇ ਹਾਂ ਤਕਰੀਬਨ ਮੇਰੇ ਹਿਸਾਬ ਨਾਲ ਹਲੇ ਫਿਰ ਘੰਟੇ ਦੇ ਕਰੀਬ ਹਲੇ ਲੱਗ ਜੂਗਾ ਜਿਸ ਹਿਸਾਬ ਨਾਲ ਬੰਦਾ ਜਿਹੜਾ ਮੇਰੇ ਨਾਲ ਬੈਠਾ ਸੀ ਉਹ ਕਹਿ ਰਿਹਾ ਸੀ ਮੈਂ ਕਿਹਾ ਯਾਰ ਉਹ ਬੱਸ ਵਾਲਾ ਤਾਂ ਕਹਿ ਰਿਹਾ ਕਿ 9 ਵਜੇ ਤੱਕ ਪਹੁੰਚ ਜਾਂਗੇ ਕਹਿੰਦੇ ਇਹਨੂੰ ਤਾਂ ਸਵਾਰੀ ਚੜ੍ਹਾਉਣ ਕਰਕੇ ਇਹਨਾਂ ਨੇ ਸਿਸਟਮ ਜਿਹਾ ਨਾ ਲਾਇਆ ਹੋਇਆ ਕਿ ਐਂ ਕਹਿ ਦਿੰਦੇ ਨੇ ਚਲੋ ਇਹ 15-20 ਮਿੰਟ ਤੱਕ ਚੱਲਦਾ ਫਿਰ ਆਪਾਂ ਪਹੁੰਚਦੇ ਹਾਂ ਲਖਨਊ ਉਹ ਤੋਂ ਬਾਅਦ ਕਹਿੰਦੇ 10 ਵਜੇ ਤੱਕ ਮੈਟਰੋ ਚੱਲਦੀ 10:30 ਤੱਕ ਹੋ ਸਕਦਾ ਆਪਾਂ ਨੂੰ ਜੇ ਟਾਈਮ 'ਤੇ ਮੈਟਰੋ ਮਿਲ ਗਈ ਤਾਂ ਆਪਾਂ ਫਿਰ ਸਿੱਧਾ ਸਟੇਸ਼ਨ 'ਤੇ ਚਲੇ ਜਾਵਾਂਗੇ ਹਾਂਜੀ ਆਪਾਂ ਲਖਨਊ ਪਹੁੰਚ ਗਏ ਪਰ ਲਖਨਊ ਦੀ ਐਂਟਰੀ ਤੋਂ ਪਹਿਲਾਂ ਹੀ ਬੱਸ ਵਾਲੇ ਨੂੰ ਉਤਾਰਤਾ ਕਹਿੰਦਾ ਮੈਂ ਪੋਲੀਟੈਕਨਿਕ ਚੁਰਾਹੇ ਤੋਂ ਉਤਾਰਦਾ ਉਸ ਤੋਂ ਬਾਅਦ ਆਪਾਂ ਅੱਗੇ ਜਾ ਰਹੇ ਹਾਂ ਇੰਦਰਾ ਨਗਰ ਮੈਟਰੋ 'ਤੇ ਮੈਟਰੋ ਆਪਾਂ ਪਕੜ ਕੇ ਫਿਰ ਆਪਾਂ ਜਾਂਦੇ ਹਾਂ 4 ਬਾਗ ਰੇਲਵੇ ਸਟੇਸ਼ਨ 'ਤੇ ਮੈਟਰੋ ਉੱਥੇ ਤੱਕ ਜਾਊਗੀ ਉਹ ਤੋਂ ਬਾਅਦ ਆਪਾਂ ਕੁਛ ਡਿਨਰ ਵਗੈਰਾ ਕਰਕੇ ਡਿਨਰ ਵਗੈਰਾ ਕਰਕੇ ਫਿਰ ਆਪਾਂ ਚੱਲਦੇ ਹਾਂ ਸਟੇਸ਼ਨ 'ਤੇ ਸਟੇਸ਼ਨ 'ਤੇ ਜਾ ਕੇ ਪਹਿਲਾਂ ਤਾਂ ਆਪਾਂ ਡੋਰਮੈਟਰੀ ਵਗੈਰਾ ਦੇਖਦੇ ਹਾਂ ਅਤੇ ਆਪਣਾ PNR ਨੰਬਰ ਦਿਖਾ ਕੇ ਕਹਿੰਦੇ ਰੂਮ ਵਗੈਰਾ ਮਿਲ ਜਾਂਦਾ ਨਹੀਂ ਮਿਲਿਆ ਤਾਂ ਫਿਰ ਦੇਖਦੇ ਕਿਆ ਕਰਨਾ ਲਓ ਜੀ ਆਪਾਂ ਇੰਦਰਾ ਨਗਰ ਮੈਟਰੋ ਸਟੇਸ਼ਨ 'ਤੇ ਪਹੁੰਚ ਗਏ ਇੱਥੋਂ ਆਪਾਂ ਨੇ ਪਕੜਨੀ ਹੈ 4 ਬਾਗ ਤੱਕ ਦੀ ਮੈਟਰੋ ਅਤੇ ਉਹ ਤੋਂ ਬਾਅਦ ਆਪਾਂ ਨੇ ਕੁਛ ਜਲਪਾਨ ਜਿਹਾ ਕਰਕੇ ਫਿਰ ਆਪਾਂ ਚੱਲਦੇ ਹਾਂ ਰੇਲਵੇ ਸਟੇਸ਼ਨ 'ਤੇ ਠੀਕ ਹੈ ਜੀ ਚਲੋ
ਆਪਾਂ ਉੱਪਰ ਤਾਂ ਚੜ੍ਹ ਗਏ, ਚੜ੍ਹ ਕੇ ਆਪਾਂ ਦੇਖਦੇ ਹਾਂ ਕਿੱਧਰ ਨੂੰ ਐਂਟਰੀ ਹੈ। ਲਿਫਟ, ਅੱਛਾ ਲਿਫਟ 'ਤੇ ਵੀ ਬੰਦਾ ਜਾ ਸਕਦਾ ਜੇ ਕਿਸੇ ਨੂੰ ਜਾਣਾ, ਪਰ ਆਪਾਂ ਨੂੰ ਲੋੜ ਨਹੀਂ ਹੈਗੀ। ਇਹ ਕਾਰਡਸ ਐਂਡ ਟੋਕਨ, ਇੱਧਰ ਜਿੱਧਰ ਮਰਜ਼ੀ ਵੜ ਜਾਓ, ਵੈਸੇ ਮੇਰੇ ਹਿਸਾਬ ਨਾਲ ਨੋ ਐਂਟਰੀ। ਇੱਧਰ ਕੋਈ ਐਂਟਰੀ, ਟਿਕਟ ਕਾਊਂਟਰ ਇਹ ਹੈਡ, ਅੱਗੇ ਜਾ ਕੇ ਟਿਕਟ ਕਾਊਂਟਰ ਲੱਗਿਆ ਹੋਇਆ, ਇਹ ਰਾਈਟ ਸਾਈਡ 'ਤੇ ਹੋਊਗਾ। ਚਲੋ ਬਈ, ਆਪਣੇ ਚਾਰ ਪੱਗ ਦਾ ਟੋਕਨ ਲੈ ਲਿਆ, 40 ਰੁਪਏ ਦਾ ਮਿਲਿਆ ਆਪਾਂ ਨੇ ਇੱਥੋਂ ਦੀ ਟਿਕਟ ਕਾਊਂਟਰ ਤੋਂ ਲੈ ਲਿਆ, ਅਤੇ ਫਿਰ ਹੁਣ ਆਪਾਂ ਚੱਲਦੇ ਹਾਂ ਅੱਗੇ। ਇੱਧਰੋਂ ਐਂਟਰੀ ਆਪਣੀ, ਆਪਾਂ ਮੈਟਰੋ ਸਟੇਸ਼ਨ 'ਤੇ ਪਹੁੰਚ ਗਏ, ਅਤੇ ਬਸ ਟ੍ਰੇਨ ਥੋੜ੍ਹੀ ਦੇਰ ਵਿੱਚ ਆਉਣ ਵਾਲੀ ਹੋ, ਫਿਰ ਆਪਾਂ ਚੱਲਦੇ ਹਾਂ। ਆ ਗਈ ਟ੍ਰੇਨ, ਬਸ ਫਿਰ ਆਪਾਂ ਚੱਲਦੇ ਹਾਂ। ਆਪਾਂ ਨੂੰ ਉਤਾਰ ਕੇ ਚਲੇਗੀ, ਰੇਲਵੇ ਸਟੇਸ਼ਨ ਦੇਖੋ ਕਿੰਨਾ ਵਧੀਆ ਬਣਾਇਆ ਹੋਇਆ ਲਖਨਊ ਦਾ, ਮੰਦਿਰ ਬਣਿਆ ਬਹੁਤ ਸੋਹਣਾ। ਆਪਾਂ ਨੇ ਜਾਣਾ ਇੱਧਰ ਆਪਣਾ ਸਟੇਸ਼ਨ ਦੇ ਅੰਦਰ, ਲਖਨਊ ਰੇਲਵੇ ਸਟੇਸ਼ਨ। ਪੰਖੇ ਦੇ ਕਿੱਡੇ ਬੜੇ ਬੜੇ ਲੱਗੇ ਹੋਏ, ਇਨਕੁਆਇਰੀ ਪੁੱਛ ਗਈ ਯੋਧਾ, ਐਂਟਰੀ ਇੱਧਰ ਹੈ। ਹੁਣ ਆਪਾਂ ਲੈਨ ਚੱਲ ਰਹੇ ਹਾਂ ਡੋਰਮੈਟਰੀ, ਡੋਰਮੈਟਰੀ ਇੱਧਰ ਉੱਪਰ ਜਾ ਕੇ ਮਿਲਦੀ ਹੈ, ਉੱਪਰ ਜਾ ਕੇ ਆਪਾਂ ਲੈਂਦੇ ਹਾਂ ਡੋਰਮੈਟਰੀ, ਇੱਥੇ ਜਾ ਕੇ ਆਪਾਂ ਨੂੰ ਡੋਰਮੈਟਰੀ ਮਿਲ ਜੂਗੀ। ਆਪਾਂ ਇਹ ਕੀ ਕਰਨਾ, PNR ਨੰਬਰ ਜਿਹੜਾ ਹੁੰਦਾ ਆਪਣੀ ਏਅਰ ਦੀ ਜਿਹੜੀ ਟਿਕਟ ਹੈਗੀ ਹੈ ਆਪਾਂ ਨੇ ਉਹ ਦਿਖਾਉਣੀ ਹੈ, ਉਹ ਤੋਂ ਬਾਅਦ ਆਪਾਂ ਨੂੰ ਕਮਰਾ ਵਾਲਾ ਮਿਲ ਜੂਗਾ ਜਿਹੜਾ ਆਪਾਂ ਨੂੰ ਕਹਾਂਗੇ, ਠੀਕ ਹੈ ਨਾ। ਲਓ ਜੀ, ਆਪਾਂ ਨੂੰ ਡੋਰਮੈਟਰੀ ਰੂਮ ਮਿਲ ਗਿਆ, ਅਤੇ ਬਹੁਤ ਵਧੀਆ ਬਣੇ ਹੋਏ ਨੇ, ਤੁਹਾਨੂੰ ਦਿਖਾਉਂਦਾ ਮੈਂ। ਆਹ ਮਿਲਿਆ ਮੈਨੂੰ 25 ਨੰਬਰ ਉੱਪਰ, 3 ਵਜੇ ਟ੍ਰੇਨ ਆਉਣੀ ਹੈ, ਆਪਾਂ 2:30 ਵਜੇ ਚਲੇ ਜਾਵਾਂਗੇ ਨੀਚੇ। ਅਤੇ ਆਪਾਂ ਚੈੱਕ ਵਗੈਰਾ ਕਰਿਆ, ਘੱਟੋ ਘੱਟ 2.5-3 ਘੰਟੇ ਟ੍ਰੇਨ ਲੇਟ ਹੋ ਗਈ ਸੀਗੀ,
ਹੁਣ ਕਹਿ ਰਹੇ 15 ਮਿੰਟ ਤੱਕ ਆਉਣ ਵਾਲੀ ਹੈ ਅਤੇ ਆਪਾਂ ਪਲੈਟਫਾਰਮ 'ਤੇ ਜਾ ਕੇ 3 ਜਾਂ 4 ਪਲੈਟਫਾਰਮ 'ਤੇ ਗੱਡੀ ਆਉਣ ਵਾਲੀ ਹੈ ਅਤੇ ਅਨਾਊਂਸਮੈਂਟ ਹੁੰਦੀ ਫਿਰ ਆਪਾਂ ਬੈਠਦੇ ਹਾਂ ਟ੍ਰੇਨ 'ਚ 20-40 ਨੰਬਰ ਆਪਣਾ ਹੈਗਾ ਆਪਣੀ ਅਨਾਊਂਸਮੈਂਟ ਹੋ ਗਈ ਗੱਡੀ ਦੀ ਕਾਫੀ ਵੇਟ ਕਰਵਾਈ ਹੈ ਗੋਰਖਪੁਰ ਦੇ ਚਲਕਰ ਚੰਡੀਗੜ੍ਹ ਤੱਕ ਜਾਣ ਵਾਲੀ ਸਪੈਸ਼ਲ ਗਾੜੀ ਪਲੇਟਫਾਰਮ ਨੰਬਰ 5 ਪਰ ਆ ਰਹੀ ਹੈ ਜਿਹੜੀ ਕਿ ਸਵੇਰੇ ਆਪਣੀ 3 ਵਜੇ ਆਉਣੀ ਸੀਗੀ ਹੁਣ 7 ਵਜੇ ਦੇ ਕਰੀਬ ਆ ਰਹੀ ਹੈ 7:05 ਹੋ ਗਏ ਹੁਣ ਆ ਰਹੀ ਹੈ ਟ੍ਰੇਨ ਚਲੋ ਹਾਲੇ ਵੀ ਦੇਖੋ ਅਨਾਊਂਸਮੈਂਟ ਹੋਈ ਉਹ ਤੋਂ ਬਾਅਦ ਕਿੰਨੀ ਦੇਰ ਹੋਈ ਤੱਕ ਆਉਂਦੀ ਹੈ ਆਪਣਾ B2-40 ਨੰਬਰ ਹੈ ਸਾਈਡ ਉੱਪਰ ਵੀ ਆਪਣੇ 5 ਰੁਪਏ ਦੇ ਵਿੱਚ ਪਾਣੀ ਭਰਵਾ ਲਿਆ ਆਪਣੀ ਬੋਤਲ 'ਚ ਅਤੇ ਇੱਧਰ ਆਪਣੀ ਟ੍ਰੇਨ ਵੀ ਆ ਗਈ ਟ੍ਰੇਨ ਆ ਗਈ ਆਪਣਾ ਨੰਬਰ ਹੈ B2 ਨੰਬਰ ਹੈ ਵਿੱਚ ਲੱਗਿਆ ਹੋਇਆ ਕਹਿ ਰਹੇ ਚੰਡੀਗੜ੍ਹ ਗੋਰਖਪੁਰ 045-17 B2 ਆਪਣਾ ਆ ਗਿਆ ਆਪਣਾ ਨੰਬਰ ਹੈ 40 ਇੱਧਰ ਹੈ ਸਾਈਡ ਉੱਪਰ ਹੈ ਆਪਾਂ ਫਿਰ ਅੰਦਰ ਆਪਣੀ ਸੀਟ 'ਤੇ ਜਾ ਕੇ ਸਮਾਨ ਸ਼ੁਰੂ ਕਰਦੇ 04-517 ਗੋਰਖਪੁਰ ਸਪੈਸ਼ਲ ਅੰਬਾਲਾ ਸਟੇਸ਼ਨ 'ਤੇ 1:20 'ਤੇ ਆਉਣੀ ਸੀ ਅਤੇ ਕਿੰਨੇ ਵਜੇ ਪਹੁੰਚੀ ਭਾਅ ਜੀ ਇਹ ਆਪਣੀ ਪਹੁੰਚੀ ਹੈ 9:20 'ਤੇ ਪਹੁੰਚੀ ਹੈ ਪੂਰੇ ਤਕਰੀਬਨ 8 ਘੰਟੇ ਲੇਟ ਪਹੁੰਚੀ ਹੈ ਟ੍ਰੇਨ ਅਤੇ ਹਲੇ ਵੀ ਪਲੈਟਫਾਰਮ 'ਤੇ ਹੈ ਕਿਆ ਪਤਾ 5-10 ਮਿੰਟ ਉੱਪਰ ਨੀਚੇ ਹੋਵੇ ਹੈ ਜੀ ਚਲੋ ਹੈ ਜੀ ਠੀਕ ਹੈ ਚਲੋ ਹੁਣ ਆਪਾਂ ਉਤਰ ਕੇ ਦੇਖਦੇ ਜਦ ਤੱਕ ਪਲੈਟਫਾਰਮ 'ਤੇ ਨਹੀਂ ਲੱਗਦੇ ਫਿਰ ਜਦ ਤੱਕ ਤਾਂ ਦਿਲ ਨੂੰ ਦਿਸਵਾਸਾ ਹੁੰਦਾ ਨਹੀਂ ਹੈ ਜੀ ਠੀਕ ਹੈ ਲਓ ਜੀ ਅੰਬਾਲਾ ਛਾਵਣੀ ਆ ਗਈ ਓਕੇ ਉੱਧਰ ਤੇ ਸਟੇਸ਼ਨ ਸਾਹਿਬ ਨਾ ਜੀ ਆਪਾਂ ਅੰਬਾਲਾ ਸਟੇਸ਼ਨ 'ਤੇ ਉਤਰ ਗਏ ਅਤੇ ਬਲਾ ਬਲਾ ਤੋਂ ਆਪਾਂ ਨੇ ਕਾਰ ਬੁੱਕ ਕਰਤੀ ਸੀ ਸਟੇਸ਼ਨ ਦੇ ਬਾਹਰ ਇਹ ਮੁੰਡਾ ਖੜਿਆ ਕੁਲਵਿੰਦਰ ਗਿੱਲ ਅਤੇ ਵੇਟ ਕਰ ਰਿਹਾ ਮੇਰੀ ਅਤੇ ਫਿਰ ਆਪਾਂ ਉਹਦੇ ਨਾਲ ਕਾਰ 'ਚ ਜਾਂਦੇ ਹਾਂ ਮੰਡੀ ਗੋਬਿੰਦਗੜ੍ਹ ਤੱਕ ਕਹਿੰਦਾ ਉਤਾਰ ਦੂੰਗਾ ਫਿਰ ਆਪਾਂ ਚੱਲਦੇ ਹਾਂ ਬਸ ਵੇਟ ਕਰ ਰਿਹਾ ਉਹ ਫਿਰ ਆਪਾਂ ਚੱਲਦੇ ਹਾਂ ਐਗਜ਼ਿਟ ਓਨਲੀ ਵਾਲਾ ਕੈਂਟ ਹੁਣ ਆਪਾਂ ਬਸ ਉਹਨੂੰ ਫੋਨ ਕਰਦੇ ਹਾਂ ਕਹਿੰਦਾ ਤੁਸੀਂ ਬਾਹਰ ਆ ਕੇ ਕੋਲ ਕਰ ਦਿਓ ਅਤੇ ਆਪਾਂ ਹੁਣ ਉਹਨੂੰ ਬਾਹਰ ਜਾ ਕੇ ਕੋਲ ਕਰਦੇ ਹਾਂ ਜਿੱਥੇ ਮਿਲਦਾ ਆਪਾਂ ਉਹਨੂੰ ਫਿਰ ਆਪਾਂ ਚੱਲਦੇ ਹਾਂ